ਗੁਰੂ ਬਿਨ ਕੋਰ ਅੰਧਾਰ, ਗੁਰੂ ਬਿਨ ਸਮਝ ਨ ਆਵੇ। ਗੁਰੂ ਬਿਨ ਕੋਰ ਅੰਧਾਰ, ਗੁਰੂ ਬਿਨ ਸਮਝ ਨ ਆਵੇ। ਗੁਰੂ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੇ। ਗੁਰੂ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੇ। ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰ ਨੈਣ ਬੈਣ ਗੁਰ ਗੁਰ
ਗੁਰੂ ਬਿਨ ਸੁਰਤ ਨਸ਼ਿਤ ਗੁਰੂ ਬਿਨ ਮੁਕਤ।
ਸਮਝ ਨਾ ਆਵੇ ਗੁਰ ਬਿਨ ਸੁਰਤ ਨਸ਼ ਗੁਰੂ ਬਿਨ ਮੁਕਤ ਨ ਪਾਵੇ ਪਾਇਆ ਜੇ ਹਾਂ ਪੀਓ
ਸੁਖ ਰਸਨਾ ਰਸੋ ਜੁਗ ਜੋਰ ਕਰ ਹੁਣ ਮਲ ਬਚ ਕ੍ਰਮ ਗੁਰੂ ਅਨੇਕ ਰੂਪ ਲੈ ਕੇ ਆਉਂਦਾ। ਪਾਤਸ਼ਾਹ ਨੇ ਸਾਹਿਬ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਦੇ ਅਨੇਕਾਂ ਰੂਪ ਵਰਣਨ ਕੀਤੇ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਨੇ ਨਿਰੰਕਾਰ ਪਰਮਾਤਮਾ ਨੂੰ ਬੜੇ ਸੋਹਣੇ ਢੰਗ ਔਰ ਬਾਣੇ ਪ੍ਰਕਾਸ਼ਮਈ ਸ਼ਸਤਰਧਾਰੀ ਦੇ ਰੂਪ ਦੇ ਅੰਦਰ ਵੀ
ਨਿਰੰਕਾਰ ਨੂੰ ਦੇਖਿਆ ਔਰ ਪਾਤਸ਼ਾਹ ਨੇ ਆਪ ਲਿਖ ਦਿੱਤਾ ਤੇਰੇ ਐਸੇ ਰੂਪ ਨੇ। ਪੰਚਮ ਪਾਤਸ਼ਾਹ, ਪਹਿਲੇ ਪਾਤਸ਼ਾਹ ਔਰ ਦਸਵੇਂ ਪਾਤਸ਼ਾਹ, ਨਿਰੰਕਾਰ ਪਰਮਾਤਮਾ ਆਪ ਖੜਗਧਾਰੀ ਹੈ। ਆ ਜਦੋਂ ਚੌਪਾਈ ਸਾਹਿਬ ਦੀ ਸੰਪੂਰਨਤਾ ਹੋਈ ਤਾਂ ਕਹਿਤਾ ਖੜਗ ਕੇਤ ਮੈਂ ਸ਼ਰਨ ਤਿਹਾਰੀ, ਖੜਗਧਾਰੀ ਪਰਮਾਤਮਾ ਆਪ ਹੈ। ਕਲਗੀਧਰ ਪਾਤਸ਼ਾਹ ਨੇ ਇਉਂ ਵਰਣਨ ਕੀਤਾ ਕਿ ਪ੍ਰਥਮੈ ਖੰਡਾ ਸਾਜਕੈ ਜਿਨ ਸਭ ਸੰਸਾਰ ਉਪਾਇਆ। ਆਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਬੜਾ ਸੁੰਦਰ ਬਿਆਨ ਕੀਤਾ ਜਦੋਂ ਸਿੱਖਾਂ ਦੇ ਸਵਾਲ ਹੋਏ ਕਿ ਧਰਮਸਾਲ ਦੇ ਵਿੱਚ ਬਹਿ ਕੇ ਟਿਕਦੇ ਨਹੀਂ, ਬਾਣੀ ਦਾ ਉਪਦੇਸ਼ ਨਹੀਂ ਦਿੰਦੇ, ਮੰਜੀ ਉੱਪਰ ਬਹਿ ਕੇ ਤਖ਼ਤ ਉੱਪਰ ਬਹਿ ਕੇ ਸਿੱਖ ਸੰਗਤਾਂ ਤਾਈਂ ਪੂਰੇ ਗੁਰੂਆਂ ਪਹਿਲਿਆਂ ਗੁਰੂਆਂ ਦਾ ਪ੍ਰਕਾਸ਼ ਨਹੀਂ ਦਿੰਦੇ ਔਰ ਸ਼ਿਕਾਰ ਖੇਡਦੇ ਨੇ, ਕੁੱਤੇ ਰੱਖੇ ਹੋਏ ਨੇ, ਘੋੜਿਆਂ ਦੇ ਉੱਪਰ ਚੜ੍ਹਦੇ ਹਨ, ਬੈਠਦੇ ਨੇ, ਕਿਸੇ ਦਾ ਡਰ ਨਹੀਂ ਹੈ, ਨੱਠੇ ਨਠਾਏ ਫਿਰਦੇ ਨੇ, ਇੱਕ ਘੜੀ ਵੀ ਠਹਿਰਦੇ ਨੇ। ਔਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਅਗਲੀ ਪੌੜੀ ਦੇ ਅੰਦਰ ਉਸਦਾ ਬੜਾ ਖੂਬਸੂਰਤ ਜਵਾਬ ਦਿੱਤਾ। ਕਹਿਣ ਲੱਗੇ ਦੇਖੋ ਜਿੰਨੀਆਂ ਕੀਮਤੀ ਚੀਜ਼ਾਂ ਨੇ ਨਾ ਉਸਨੂੰ ਸੰਭਾਲਿਆ ਜਾਂਦਾ। ਪ੍ਰਮਾਣ ਕੀ ਹੈ? ਭਾਈ ਗੁਰਦਾਸ ਸਾਹਿਬ ਜੀ ਦੀ ਵਾਰ ਅਗਲੀ ਨਾਲ ਲਗਮੀ ਆਪ ਜੀ ਪ੍ਰਮਾਣ ਕਰਦੇ ਕਹਿ ਰਹੇ ਖੇਤੀ ਬਾੜ ਜੋ ਟਿੰਕਰੀ ਕਿੱਕਰ ਆਸ ਪਾਸ ਜੋ ਬਾਗੇ। ਖੇਤੀ ਨੂੰ ਬਚਾਉਣ ਵਾਸਤੇ ਕਿੱਕਰਾਂ ਦੀ ਵਾੜ ਕੀਤੀ ਜਾਂਦੀ। ਵੈਸੇ ਕਿੱਕਰ ਸੂਲਾਂ ਵਾਲਾ ਦਰਖਤ ਹੈ, ਇਸ ਤੋਂ ਆਮ ਜਾਨਵਰ ਵੀ ਅਤੇ ਮਨੁੱਖ ਵੀ ਡਰਦਾ, ਪਰ ਖੇਤੀ ਨੂੰ ਸੰਭਾਲਣ ਵਾਸਤੇ ਬਾਗ ਦੀ ਰਾਖੀ ਕਰਨ ਵਾਸਤੇ ਚਾਰ ਚੁਫੇਰੇ ਕਿੱਕਰਾਂ ਦੀ ਵਾੜ ਲਾਈ ਜਾਂਦੀ, ਕਿੱਕਰਾਂ ਦੇ ਦਰਖਤ ਲਾਏ ਜਾਂਦੇ ਨੇ ਤਾਂ ਕਿ ਇਸ ਵਾੜ ਦੇ ਅੰਦਰ ਕੋਈ ਵੜੇ ਨਾ, ਖੇਤੀ ਨਾ ਉਜਾੜੇ। ਜਿਵੇਂ ਖੇਤੀ ਦੀ ਸੰਭਾਲ ਕਿੱਕਰ ਦੀਆਂ ਲੰਮੀਆਂ ਸੂਲਾਂ ਕਰਦੀਆਂ ਨੇ। ਸਵਾਲ ਹੈ ਨਾ ਕਿ ਧਰਮਸਾਲ ਕਿਉਂ ਨਹੀਂ ਬਹਿੰਦੇ? ਧਰਮਸਾਲ ਕਰ ਬਹਿੰਦਾ ਇੱਕ ਤਥਾ ਉਹਨਾਂ ਟਿਕੇ ਟਕਾਇਆ, ਪਾਤਸ਼ਾਹ ਘਰ ਆਉਂਦੇ ਗੜ ਚੜਿਆ ਪਾਤਸ਼ਾਹ ਚੜ੍ਹਾਇਆ, ਉਮਤ ਮਹਿਲ ਨਾ ਪਾਵਣੀ ਨੱਠਾ ਫਿਰੇ ਨਾ ਡਰੇ ਡਰਾਇਆ, ਮੰਜੀ ਬਹਿ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਖਿਲਾਇਆ। ਕੱਲ ਦਾ ਇਸ ਸਤਿਗੁਰਾਂ ਨੂੰ ਛੇਵੇਂ ਪਾਤਸ਼ਾਹ ਨੂੰ ਔਰ ਪਹਿਲੇ ਤਕਰੀਬਨ ਦੇਖ ਲਈਏ ਪਹਿਲੇ ਜਾਮੇ ਤੋਂ ਲੈ ਕੇ ਹੀ ਜਿਤਨਾ ਚਿਰ ਹਯਾਤੀ ਸੀ ਆਪ ਜੀ ਦੀ ਸਰੀਰ ਵਿੱਚ ਰਹੇ ਅਨੇਕਾਂ ਸਵਾਲ ਹੀ ਦੁਨੀਆਂ ਵੱਲੋਂ ਹੁੰਦੇ ਰਹੇ, ਅਨੇਕਾਂ ਸਵਾਲ ਹੁੰਦੇ ਰਹੇ। ਭਾਵੇਂ ਵੱਡੇ ਵੱਡੇ ਕਹਿਣ ਵਾਲੇ ਪੀਰ ਮੁਜ਼ਾਬਰ, ਉਹਨਾਂ ਨੇ ਵੀ ਕਹਿ ਦਿੱਤਾ ਪੋਥੀ ਰੱਖੀ, ਇਸ ਪੋਥੀ ਵਿੱਚੋਂ ਸਵਾਲ ਦਾ ਜਵਾਬ ਦਿਓ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਥਾਂ ਥਾਂ 'ਤੇ ਸਵਾਲਾਂ ਦੇ ਜਵਾਬ, ਗੁਰੂ ਹਰ ਸਵਾਲ ਦਾ ਹੱਲ ਕੱਢਣ ਆਇਆ। ਔਰ ਰੋਸ ਨਾ ਕੀਜੇ ਉੱਤਰ ਦੀਜੇ ਸਿੱਧ ਗੋਸ਼ਟ ਵਿੱਚ ਪਾਤਸ਼ਾਹ ਨੇ ਆਪ ਪ੍ਰਵਾਨ ਕੀਤਾ। ਕਿੰਨੇ ਕੁ ਸਵਾਲ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਹੋਏ ਹੋਣ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮੀਰੀ ਤੇ ਪੀਰੀ ਦੀਆਂ ਸ਼ਸਤਰ ਪਹਿਨੇ, ਬਾਦਸ਼ਾਹੀ ਲਿਬਾਸ ਪਾਇਆ, ਘੋੜੇ ਰੱਖੇ, ਨਗਾਰਾ ਵਜਾਇਆ, ਨਿਸ਼ਾਨ ਸਾਹਿਬ ਲਾਏ,
ਹਜ਼ੂਰ ਸੱਚੇ ਪਾਤਸ਼ਾਹ ਨੇ ਤਖ਼ਤ ਉੱਚਾ ਬਣਾਇਆ ਅਤੇ ਗੁਰਦੇਵ ਪਾਤਸ਼ਾਹ ਕਹਿੰਦੇ ਅਕਾਲ ਕਾ ਤਖ਼ਤ ਹੈ ਅਕਾਲ ਬੰਗਾ, ਜਿਸ ਦੀ ਆਪਾਂ ਸਿਰਜਣਾ ਦਿਵਸ ਮਨਾ ਰਹੇ। ਦੁਨੀਆ ਨੂੰ ਬੜੀ ਤਕਲੀਫ ਹੋਈ ਇਸ ਬਾਤ ਦੀ ਹੈ। ਮਾਲਾ ਵਾਲਾ ਸਤਿਗੁਰੂ ਜਿਸ ਦੇ ਹੱਥ ਵਿੱਚ ਮਾਲਾ, ਅੱਜ ਢਾਲਾ ਹੱਥ ਵਿੱਚ ਆ ਗਿਆ, ਤੇਗਾ ਰੱਖ ਲਈਆਂ ਘੋੜਿਆਂ ਦੇ ਉੱਪਰ ਬਹਿ ਕੇ ਅਤੇ ਜੰਗ ਲੜਦਾ ਪਿਆ, ਸ਼ਿਕਾਰ ਖੇਡਦਾ ਪਿਆ। ਔਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਉਸ ਸਮੇਂ ਦਾ ਜਵਾਬ ਬੜਾ ਸੁੰਦਰ ਦਿੱਤਾ, ਕਿ ਲੱਗੇ ਕੀਮਤੀ ਚੀਜ਼ਾਂ ਨੂੰ ਆਖਿਰਕਾਰ ਜੰਦਰਿਆਂ ਦੇ ਅੰਦਰ ਰੱਖਿਆ ਜਾਂਦਾ, ਲੌਕਰਾਂ ਵਿੱਚ ਰੱਖਿਆ ਜਾਂਦਾ। ਅੱਜ ਦੀ ਵੀ ਸਾਡੀ ਸਾਇੰਸ ਜਿਹੜੀ ਹੈ ਇਹੀ ਕਹਿੰਦੀ ਹੈ, ਦੁਸ਼ਮਣਾਂ ਤੋਂ ਬਚਾਉਣ ਵਾਸਤੇ ਲੋਹੇ ਦੇ ਕੋਟਗੜ੍ਹ ਬਣਾਏ ਜਾਂਦੇ ਨੇ, ਗੇਟ ਬਣਾਏ ਜਾਂਦੇ ਨੇ। ਮਨੁੱਖ ਦੀਆਂ ਜਿਤਨੀਆਂ ਕੋ ਕੀਮਤੀ ਚੀਜ਼ਾਂ ਨੇ, ਚਲੋ ਇਹ ਤਾਂ ਆਪਾਂ ਸੰਭਾਲ ਕਰਨੇ ਪਏ ਉਹਨਾਂ ਵੀ, ਚਲੋ ਕੀਮਤੀ ਚੀਜ਼ਾਂ ਨੂੰ ਜੰਦੇ ਵਿੱਚ ਰੱਖ ਦੇਈਏ, ਕੁਦਰਤ ਨੇ ਵੀ ਜਿਹੜੇ ਸਾਜੇ ਨੇ, ਜਿੰਨੀਆਂ ਚੀਜ਼ਾਂ ਕੀਮਤੀ ਨੇ ਉਹਨਾਂ ਕੀਮਤੀ ਚੀਜ਼ਾਂ ਦੇ ਬਾਹਰ ਬੜਾ ਬੜਾ ਸਖਤ ਖੋ ਖਿਲਾ ਦਿੱਤਾ ਹੈ, ਕਵਰ ਲਾਇਆ ਹੈ। ਬਦਾਮ ਹੈ ਇੱਥੇ, ਆਪ ਜੀ ਵੇਖ ਹੀ ਲੈਂਦੇ ਹੋ ਬਾਹਰ ਕਿੱਡੀ ਸਖਤ, ਉਹਦਾ ਬਾਹਰਲਾ ਸਰੂਪ ਜਿਹੜਾ ਤਨ ਉਹਦਾ ਕਿੰਨਾ ਕੁਠੈਲਾ ਹੈ, ਅੰਦਰ ਗਰੀ ਬੜੀ ਨਰਮ ਹੈ। ਮੋਤੀ ਹੈ, ਮੋਤੀ ਸਿੱਪੀ ਦੇ ਅੰਦਰ ਹੈ ਪਰ ਬਾਹਰੋਂ ਸਿੱਪੀ ਜਿਹੜੀ ਇੱਕ ਪੱਥਰ ਦੀ ਤਰ੍ਹਾਂ ਹੈ, ਤੋੜਨ ਦੇ ਨਾਲ ਟੁੱਟਦੀ। ਹੀਰਾ ਪੱਥਰ ਵਿੱਚ ਹੀ ਛੁਪਿਆ ਪਿਆ, ਸਾਣ ਤੇ ਲਾ ਕੇ ਬਾਰੰਬਾਰ ਰਗੜਨ ਦੇ ਨਾਲ ਉਸਨੂੰ ਕੱਢਿਆ ਜਾਂਦਾ। ਮਹਿੰਦੀ ਬੜੀ ਕੀਮਤੀ ਹੈ ਪਰ ਪੱਤਿਆਂ ਦੇ ਅੰਦਰ ਹੀ ਜਿੰਨਾ ਚਿਰ ਰਗੜੀਏ ਨਾ ਉਨਾ ਚਿਰ ਮਹਿੰਦੀ ਦਾ ਰੰਗ ਵੀ ਨਹੀਂ ਨਿਕਲਦਾ। ਲੱਕੜ ਦੇ ਅੰਦਰ, ਆਮ ਲੱਕੜ ਦੇ ਅੰਦਰ ਅਨੇਕਾਂ ਚੀਜ਼ਾਂ ਛੁਪੀਆਂ ਹੋਈਆਂ ਨੇ, ਕਾਰੀਗਰ ਦੇ ਹੱਥ ਵਿੱਚ ਆ ਜਾਂਦੀ ਤਾਂ ਲੱਕੜ ਉਹਨੂੰ ਸ਼ਿੰਗਾਰ ਕੇ ਸਵਾਰ ਕੇ ਬੜਾ ਸੁੰਦਰ ਬਣਾ ਦਿੰਦਾ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਵਾਰਨਾ ਤਾਂ ਸਰੂਪ ਨੂੰ ਹੈ, ਅੰਦਰਲੇ ਸੂਰਤ ਅਤੇ ਸੀਰਤ ਨੂੰ ਸਵਾਰਨ ਵਾਸਤੇ ਗੁਰੂ ਆਇਆ। ਸਮੇਂ ਸਮੇਂ ਅਨੁਸਾਰ ਜਦੋਂ ਲੋੜ ਪਈ, ਕਿਹੜੇ ਰੂਪ ਦੀ ਲੋੜ ਹੈ? ਅੱਜ ਇਨਕਲਾਬ ਹੈ, ਨਵਾਂ ਇਨਕਲਾਬ। ਜਦੋਂ ਉਸ ਸਮੇਂ ਮੁਗਲ ਸਲਤਨਤ ਬਹੁਤ ਜ਼ੋਰਾਂ 'ਤੇ ਸੀ ਔਰ ਬਹੁਤ ਬਲੀ ਲੋਕ ਸਨ, ਤਾਂ ਪਾਤਸ਼ਾਹ ਗਰੀਬ ਨਵਾਜ ਨੇ ਵੀ ਕਹਿ ਦਿੱਤਾ, ਆਪ ਜੀ ਇਤਿਹਾਸ ਕਵੀ ਰਾਜ ਕਵੀ ਸੰਤੋਖ ਸਿੰਘ ਦਾ ਸ਼ਿੰਗਾਰ ਰਸ ਬੜਾ ਕਮਾਲ ਦਾ ਸ਼੍ਰਵਣ ਕਰ ਰਹੇ, ਨਾਲ ਨਾਲ ਸਾਹਿਬ ਸੱਚੇ ਪਾਤਸ਼ਾਹ ਭਾਈ ਗੁਰਦਾਸ ਸਾਹਿਬ ਅਤੇ ਕਵੀ ਸੰਤੋਖ ਸਿੰਘ ਜੀ ਚੂੜਾਮਨ ਸਾਹਿਬ ਬਾ ਕਮਾਲ ਦੀਆਂ ਚੀਜ਼ਾਂ ਪੇਸ਼ ਕਰ ਰਹੇ ਨੇ। ਔਰ ਭਾਈ ਗੁਰਦਾਸ ਸਾਹਿਬ ਨੇ ਤਾਂ ਅਨੇਕਾਂ ਹੀ ਵਾਰਾਂ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਲਿਖ ਦਿੱਤੀਆਂ, ਸਵਾਲ ਅਤੇ ਜਵਾਬ। ਖੇਤੀਬਾੜੀ ਜੋ ਡਿੰਗਰੀ ਕਿੱਕਰ ਆਸ ਪਾਸ ਜੋ ਬਾਗੇ ਜਿਹੜਾ ਹੈ ਚੰਦਨ ਦੇ ਦੁਆਰੇ ਲਟਕਿਆ ਹੋਇਆ। ਇੱਥੇ ਚੰਦਨ ਦੀ ਤਸਕਰੀ ਕਰਨ ਵਾਲੇ ਲੋਕ ਅੱਜ ਨੂੰ ਚੰਦਨ ਖਤਮ ਕਰ ਦਿੰਦੇ, ਚੰਦਨ ਦੀ ਰਖਵਾਲੀ ਵਾਸਤੇ ਸੱਪ ਲਟਕੇ ਪਏ ਨੇ। ਘਰ ਨਾ ਲੁੱਟਿਆ ਜਾਵੇ, ਬਾਹਰੋਂ ਜੰਦਰਾ ਮਾਰਿਆ ਜਾਂਦਾ, ਗੇਟ ਦੇ ਸਾਹਮਣੇ ਕੁੱਤੇ ਰੱਖੇ ਹੋਏ। ਅੱਜ ਵੀ ਸੰਸਾਰ ਦੇ ਅੰਦਰ ਜਗ੍ਹਾ ਜਗ੍ਹਾ ਵੇਖ ਲਓ, ਹਰ ਇੱਕ ਜਗ੍ਹਾ 'ਤੇ ਫੋਟੋ ਲੱਗੀ ਹੈ ਕੁੱਤੇ ਦੀ, ਕਿ ਸਾਵਧਾਨ ਹੋ ਕੇ ਅੰਦਰ ਵੜਿਓ, ਇੱਥੇ ਕੁੱਤੇ ਰੱਖੇ ਹੋਏ। ਇਹਦਾ ਮਤਲਬ ਰਾਖੀ ਵਾਸਤੇ ਰੱਖਿਆ। ਸੱਪ ਲਪੇਟੈ ਚੰਦਨ ਬਾਹਰ ਜਲਦਾ ਕੁੱਤੇ
ਕੀਤੀ ਹੈ। ਜਦੋਂ ਵੀ ਕਿਸੇ ਦਾ ਸਤਿਕਾਰ ਅਦਬ ਕਰਨਾ ਪੈਂਦਾ, ਕਮਲ ਦਾ ਫੁੱਲ ਜਾਂ ਗੁਲਾਬ ਦਾ ਫੁੱਲ, ਔਰ ਗੁਲਾਬ ਦੇ ਫੁੱਲ ਦੇ ਨਾਲ ਕੰਡੇ ਨੇ, ਔਰ ਕੰਡੇ ਕਿਉਂ ਲਾਏ, ਲੋਕਾਂ ਦਾ ਧਿਆਨ ਕੰਡੇ ਵੱਲ ਜਾਂਦਾ ਇਹ ਗੁਲਾਬ ਦੇ ਫੁੱਲ ਵੱਲ ਨਹੀਂ ਜਾਂਦਾ, ਲੋਕਾਂ ਦਾ ਧਿਆਨ ਜੰਦਰੇ ਵੱਲ ਜਾਂਦਾ ਅੰਦਰ ਵਸਤੂਆਂ ਵੱਲ ਨਹੀਂ ਜਾਂਦਾ, ਲੋਕਾਂ ਦਾ ਧਿਆਨ ਕੰਡਿਆਂ ਵੱਲ ਜਾਂਦਾ ਖੇਤੀ ਵੱਲ ਨਹੀਂ ਜਾਂਦਾ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਭਾਈ ਗੁਰਦਾਸ ਸਾਹਿਬ ਕਹਿੰਦੇ ਤੁਹਾਨੂੰ ਬਾਹਰਲੇ ਕੇਵਲ ਸ਼ਸਤਰ ਨਜ਼ਰ ਆਉਂਦੇ, ਤੁਹਾਡੀ ਰਖਵਾਲੀ ਅਤੇ ਹਲੇਮੀ ਰਾਜ ਵਾਸਤੇ ਇਹ ਚੀਜ਼ਾਂ ਬੜੀਆਂ ਜ਼ਰੂਰੀ ਨੇ, ਜ਼ਰੂਰੀ ਨੇ। ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ, ਰਾਜ ਬਿਨਾਂ ਸ਼ਸਤਰ ਤੋਂ ਮਿਲਦਾ, ਰਾਜ ਬਿਨਾਂ ਸ਼ਸਤਰ ਤੋਂ ਨਹੀਂ ਮਿਲਦਾ। ਜਿਉਂ ਪਾਰਸ ਵਿੱਚ ਪੱਥਰਾਂ ਮਨ ਮਸਤਕ ਜਿਉਂ ਕਾਲੇ ਨਾਗੇ, ਪੱਥਰਾਂ ਦੇ ਅੰਦਰ ਪਾਰਸ ਛੁਪਿਆ ਪਿਆ, ਪੱਥਰਾਂ ਨੇ ਪਾਰਸ ਦੀ ਸੰਭਾਲ ਕੀਤੀ ਹੋਈ ਕੀਮਤੀ, ਮਣੀ ਕਾਲੇ ਨਾਗ ਦੇ ਮੱਥੇ ਵਿੱਚ ਹੈ। ਸੰਸਾਰ ਸਾਰਾ ਡਰਦਾ ਹੈ ਕਾਲੇ ਨਾਗ ਦੇ ਨੇੜੇ ਨਹੀਂ ਜਾਂਦਾ, ਨਹੀਂ ਤੇ ਮਾਰ ਕੇ ਤੇ ਕੱਢ ਲਵੇ, ਕਿਵੇਂ ਕੱਢ ਲਵੇ, ਮਣੀ ਕਾਲੇ ਨਾਗ ਦੇ ਮੱਥੇ ਵਿੱਚ ਹੈ। ਜਿਉਂ ਪਾਰਸ ਵਿੱਚ ਪੱਥਰ ਮਨ ਮਸਤਕ ਜਿਉਂ ਕੈਸੇ ਹਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ, ਐਵੇਂ ਨਹੀਂ ਵੇਦ ਵਿਆਸ ਕਿਹਾ ਗਿਆ ਦੁਨੀਆਂ ਛੱਡ ਗਈ, ਸਾਡਾ ਪ੍ਰਚਾਰ ਦਾ ਕੇਂਦਰ ਭਾਈ ਗੁਰਦਾਸ ਸਾਹਿਬ ਤੋਂ ਪ੍ਰਾਰੰਭ ਹੁੰਦਾ ਸੀ, ਇੱਥੋਂ ਸਿੱਖੀ ਸਮਝਾਈ ਜਾਂਦੀ ਸੀ। 12 ਸਨ ਭਾਈ ਗੁਰਦਾਸ ਸਾਹਿਬ ਜੀ ਦੀਆਂ, ਸਤਿਗੁਰਾਂ ਨੇ ਕਿਹਾ ਸੀ ਇਹ ਕੁੰਜੀ ਹੈ, ਔਰ ਸਿੱਖੀ ਦਾ ਜੰਦਾ ਜਿਹੜਾ ਵੱਜਿਆ ਨਾ ਦਿਮਾਗ ਸੁਰਤ ਨੂੰ, ਭਾਈ ਗੁਰਦਾਸ ਸਾਹਿਬ ਦੀਆਂ 12 ਹੀ ਖੋਲ ਗਈਆਂ। ਰਤਨ ਸੋਹੇ ਗੱਲ ਪੋਤ ਵਿੱਚ, ਜਦੋਂ ਕੋਈ ਗਾਨੀ ਬਣਾਈ ਜਾਂਦੀ, ਮਾਲਾ ਬਣਾਈ ਜਾਂਦੀ, ਉਹਦੇ ਚਾਰ ਚੁਫੇਰੇ ਕੱਚੇ ਕੱਚੇ ਕਚਕੜੇ ਲਾਏ ਜਾਂਦੇ ਹਨ, ਉਹਨਾਂ ਦੇ ਵਿਚਕਾਰ ਰਤਨ ਜਿਹੜਾ ਹੈ ਪਰੋਇਆ ਜਾਂਦਾ ਹੈ, ਅਤੇ ਹਾਥੀ ਜਿਹੜਾ ਹੈ ਮੈਗਲ ਬੱਧਾ ਕੱਚਾ ਧਾਗੇ, ਕੱਚੇ ਧਾਗੇ ਦੇ ਨਾਲ ਹਾਥੀ ਬੰਨ ਲਿਆ। ਕੱਚੇ ਧਾਗੇ ਨਾਲ ਹਾਥੀ ਕਿਵੇਂ ਬੰਨਿਆ, ਪਤਲੇ ਪਤਲੇ ਸੂਤ ਦੇ ਧਾਗੇ ਨੂੰ ਵੱਟੀ ਗਏ ਵੱਟੀ ਗਏ, ਮੋਟਾ ਹੁੰਦਾ ਗਿਆ ਹੁੰਦਾ ਗਿਆ, ਹੋਰ ਮੋਟਾ ਹੁੰਦਾ ਗਿਆ, ਰੱਸਾ ਬਣ ਗਿਆ, ਲੱਜ ਬਣ ਗਈ, ਜਦੋਂ ਬੰਨਿਆ ਤੇ ਹਾਥੀ ਜਿਹੜਾ ਉਹਦਾ ਵੀ ਬਲ ਟੁੱਟ ਗਿਆ। ਪਾਤਸ਼ਾਹ ਭਾਈ ਗੁਰਦਾਸ ਸਾਹਿਬ ਕਹਿੰਦੇ ਸਿੱਖ ਸੰਗਤ ਇੱਕ ਇੱਕ ਬੂੰਦ, ਇੱਕ ਇੱਕ ਸਮੁਦਾਏ, ਇੱਕ ਇੱਕ ਯੋਧਾ ਜਦੋਂ ਇਕੱਠਾ ਹੁੰਦਾ ਵੇਖਣ ਨੂੰ ਕੱਚੇ ਧਾਗੇ ਤਰ੍ਹਾਂ, ਤੇ ਜਦੋਂ ਇਕੱਠਾ ਬਣ ਜਾਂਦਾ ਸਮੂਹ ਗਰੁੱਪ, ਇਹ ਇੱਕ ਵੱਡੀ ਤਾਕਤਵਰ ਲੱਜ ਬਣ ਜਾਂਦੀ ਹੈ, ਔਰ ਵੱਡੇ ਵੱਡੇ ਰਾਜਿਆਂ ਨੂੰ, ਵੱਡੇ ਵੱਡੇ ਦੁਸਤਰਾਂ ਨੂੰ, ਵੱਡਿਆਂ ਵੱਡਿਆਂ ਨੂੰ ਬੰਨ ਕੇ ਰੱਖ ਦਿੰਦੀ ਐਸੀ ਤਾਕਤ। ਸਾਹਿਬ ਗਰੀਬ ਨਿਵਾਜ ਮੇਰਾ ਕਰਨ, ਸਮਾਂ 2 ਮਿੰਟ ਰਹਿ ਗਿਆ ਸਮਾਪਤੀ ਆਪਣੇ ਸਮੇਂ ਦੇ ਅੰਦਰ। ਭਾਏ ਭਗਤ ਭੁੱਖ ਜਾਏ ਘਰ, ਵਿਦਰ ਗਵਾ ਖਵਾਏ ਪਿੰਨੀ ਸਾਗੇ। ਸਤਿਗੁਰੂ ਜਿਹੜਾ ਹੈ ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ, ਭਗਤੀ ਭਾਵਨਾ ਦੇ ਨਾਲ ਸਾਰੀਆਂ ਭੁੱਖਾਂ ਮਰ ਜਾਂਦੀਆਂ, ਉਹ ਪਦਾਰਥਾਂ ਦਾ ਭੁੱਖਾ ਹੈ ਹੀ ਨਹੀਂ,
ਉਹ ਸਾਡੇ ਪਿਆਰ ਦਾ ਬੱਧਾ ਹੈ। ਜੇ ਸਤਿਗੁਰੂ ਪਿਆਰ ਦਾ ਬੱਧਾ ਤੇ ਗੁਰਸਿੱਖ ਵੀ ਐਸੇ ਨੇ ਬਈ ਕਮਲ ਫੁੱਲ ਦੇ ਉੱਪਰ ਆਪਣਾ ਆਪ ਨਿਸ਼ਾਵਰ ਕਰ ਦਿੰਦੇ ਨੇ। ਚਰਨ ਕਮਲ ਗੁਰਸਿੱਖ ਭਵਰ, ਗੁਰਸਿੱਖ ਜਿਹੜੇ ਨੇ ਭੌਰੇ ਬਣ ਕੇ ਕਮਲ ਫੁੱਲ ਦੇ ਉੱਪਰ ਬਹਿ ਜਾਂਦੇ ਨੇ। ਇਹ ਨਹੀਂ ਵੇਖਦੇ, ਆਵਾਜ਼ ਮਾਰੀ ਕਹਿ ਲੱਗੇ ਇਹ ਕਮਲ ਫੁੱਲ ਸੂਰਜ ਦੀ ਤਰ੍ਹਾਂ ਖਿੜਦਾ, ਜਦੋਂ ਖਿੜ ਜਾਏਗਾ ਸ਼ਾਮ ਨੂੰ ਬੁੱਝ ਜਾਏਗਾ, ਨਾ ਬੈਠੋ ਮਰ ਜਾਓਗੇ, ਤੁਹਾਡੀ ਮੌਤ ਹੋ ਜਾਏਗੀ ਅੰਦਰ ਹੀ। ਕਹਿ ਲੱਗੇ ਅਸੀਂ ਤਾਂ ਪਿਆਰ ਦੇ, ਜੇ ਗੁਰੂ ਪਿਆਰ ਦਾ ਬੱਝਾ ਤੇ ਅਸੀਂ ਵੀ ਪਿਆਰ ਦੇ ਬੱਝੇ। ਗੁਰੂ ਆਪਣੇ ਆਪ ਨੂੰ ਨਿਸ਼ਾਵਰ ਕਰ ਸਕਦਾ ਤੇ ਸਿੱਖ ਆਪਣੇ ਆਪ ਦੀ ਭੇਟਾ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਕਰ ਸਕਦਾ। ਪਿਰਮ ਪਿਆਲਾ ਪੁੱਤਰ ਝਾਗਾ, ਕਿਤੇ ਪਿਰਮ ਪਿਆਲਾ, ਜੇ ਪਿਰਮ ਪਿਆਲਾ ਗੁਰੂ ਪੀਂਦਾ ਤੇ ਨਿਸ਼ਾਵਰ ਹੋ ਜਾਂਦਾ। ਇਸੇ ਹੀ ਪਿਰਮ ਪਿਆਲੇ ਨੂੰ ਗੁਰਸਿੱਖ ਪੀ ਕੇ ਗੁਰੂ ਤੋਂ ਕੁਰਬਾਨ ਹੋ ਜਾਂਦਾ, ਆਪਣੀਆਂ ਜਵਾਨੀਆਂ ਭੇਟ ਕਰ ਦਿੱਤੀਆਂ। ਪਾਤਸ਼ਾਹ, ਜੇ ਆਪ ਜੀ ਤੱਤੀ ਲੋਹ ਦੇ ਉੱਪਰ ਕਿਸੇ ਰੂਪ ਵਿੱਚ ਬਹਿੰਦੇ ਹੋ ਤੇ ਅਸੀਂ ਤੁਹਾਡੇ ਵਾਸਤੇ ਆਪਣੇ ਤਨ ਦੀ ਕੁਰਬਾਨੀ ਨਹੀਂ ਦੇ ਸਕੇ। ਇਹ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਉਸ ਸਮੇਂ ਸੰਗਤਾਂ ਦੇ ਅੰਦਰ ਆਪਣਾ ਪ੍ਰਚਾਰ ਔਰ ਗੁਰੂ ਨੇ ਸ਼ਸਤਰ ਦੀ ਧਾਰ ਤਿੱਖੀ ਕੀਤੀ। ਗੁਰੂ ਸ਼ਸਤਰ ਦੀ ਧਾਰ ਹੇਠ ਜੰਗ ਲੜਨ ਦੀ ਨੀਤੀ ਦੱਸ ਰਿਹਾ। ਭਾਈ ਗੁਰਦਾਸ ਸਾਹਿਬ ਆਪਣੀ ਵਿਚਾਰ ਦੇ ਨਾਲ ਸਿੱਖ ਸੰਗਤਾਂ ਦੇ ਔਗਣ, ਸਿੱਖ ਸੰਗਤਾਂ ਦੇ ਜਵਾਬ, ਸਿੱਖ ਸੰਗਤਾਂ ਦੇ ਇਤਰਾਜ਼ ਆਪਣੀਆਂ ਵਿਚਾਰਾਂ ਦੇ ਨਾਲ ਕੱਟਦੇ ਪਏ ਨੇ। ਗੁਰੂ ਜਿਹੜਾ ਹੈ ਬੇੜੀ ਕੱਟ ਰਿਹਾ ਪੈਰਾਂ ਦੇ ਵਿੱਚ ਪਈ ਹੋਈ ਗੁਲਾਮੀ ਦੀ। ਭਾਈ ਗੁਰਦਾਸ ਸਾਹਿਬ ਦੀ ਵਿਚਾਰ ਸਾਡੇ ਮਨਾਂ ਦੇ ਉੱਪਰ ਛਾਏ ਹੋਏ ਅੰਧ ਭਰਮ ਅੰਧੇਰ ਨੂੰ ਕੱਟਦਾ ਪਿਆ। ਉਹ ਐਸਾ ਗੁਰੂ ਹੈ, ਗਰੀਬ ਨਵਾਜ ਪਾਤਸ਼ਾਹ ਮੇਰਾ ਕਰਨ। ਬਹੁਤ ਸਤਿਕਾਰਯੋਗ ਭਾਈ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ 'ਚ ਸੁਸ਼ੋਭਿਤ ਨੇ, ਜੀਓ ਆਇਆ, ਤਹਿ ਦਿਲੋਂ ਧੰਨਵਾਦ ਹੈ। ਤਿੰਨ ਦਿਨ ਆਪਣੇ ਨਾਲ ਸੇਵਾ ਦੇ ਵਿੱਚ ਸਮਰਪਿਤ ਹੋਣਾ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਗੁਣਾਂ ਦਾ ਅਨੁਵਾਦ ਬਹੁਤ ਭਾਵਨਾ ਸਹਿਤ ਸਤਿਗੁਰ ਸੱਚੇ ਪਾਤਸ਼ਾਹ ਨੂੰ ਸਮਰਪਿਤ ਹੋ ਕੇ ਗੱਲ ਕਰਦੇ ਹਨ। ਮਹਾਰਾਜ ਮੇਰਾ ਕਰਨ ਜੀਓ ਆਇਆ ਸਮਾਪਤੀ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਸੁਰਤ ਨਸੈ, ਗੁਰੂ ਬਿਨ ਮੁਕਤ ਨ ਪਾਵੈ। ਗੁਰ ਬਿਨ ਸੁਰਤ ਨਸੈ, ਗੁਰੂ ਬਿਨ ਮੁਕਤ ਨ ਪਾਵੈ। ਗੁਰੂ ਬਿਨ ਮੁਕਤ ਨ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।